ਸੁੱਕੀ ਵਾਲਾ ਦੋਸਤੋ ਅੱਜ ਆਪਾਂ ਖੜੇ ਹਾਂ ਇੱਕ ਐਸੀ ਕਾਰ ਦੇ ਅੱਗੇ ਜਿਹਦੀ ਕਿ ਇੰਡੀਅਨ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਈਪ ਆਈ ਸੀ 2008-9-10 ਦੇ ਵਿੱਚ। ਫਿਰ ਇਹ ਕਾਰ ਮਿਸਟਰ ਬੁਸ਼ ਨੇ ਡਿਸਕੰਟੀਨਿਊ ਕਰਤੀ ਸੀ, ਬਟ ਯਾਰ ਉਸ ਟਾਈਮ ਦੇ ਵਿੱਚ ਇਹਨੂੰ ਸਿਰਫ ਮਤਲਬ ਸ਼ੌਂਕੀ ਬੰਦਿਆਂ ਨੇ ਲਿੱਤਾ ਸੀ ਅਤੇ ਇਹਦਾ ਖਰਚਾ ਸਿਰਫ ਇੱਕ ਵਧੀਆ ਪਰਿਵਾਰ ਦੇ ਲੋਕ ਹੀ ਚੱਕ ਸਕਦੇ ਆ। ਸੋ ਆਪਾਂ ਗੱਲ ਕਰਾਂਗੇ ਕਿ ਇਸ ਕਾਰ ਦੇ ਵਿੱਚ ਕੀ ਫੀਚਰਸ ਨੇ ਜਿਹੜੇ ਕਿ ਮਿਸਟਰ ਬੁਸ਼ੀ ਔਫਰ ਕਰਦੀ ਸੀ। ਤੁਸੀਂ ਕਾਰ ਤਾਂ ਦੇਖ ਕੇ ਪਛਾਣ ਹੀ ਗਏ ਹੋਣੇ ਕਿਹੜੀ ਕਾਰ ਹੈ। ਇਹ ਹੈ ਮਿਸਟਰ ਬੁਸ਼ੀ ਦੀ ਮੰਟੈਰੋ। ਇੰਡੀਅਨ ਫੋਰੈਸਟ ਡਿਪਾਰਟਮੈਂਟ ਨੇ ਵੀ ਇਹ ਕਾਰ ਨੂੰ ਚੂਜ਼ ਕੀਤਾ ਸੀ। ਉਹਨਾਂ ਨੇ ਕਿਸੇ ਫੋਰਚੂਨਰ ਇੰਡੈਵਰ ਕਿਸੇ ਵੱਲ ਨਹੀਂ ਦੇਖਿਆ, ਸਿਰਫ ਮਿਸਟਰ ਬੁਸ਼ੀ ਪਜੈਰ ਉਹਨਾਂ ਨੇ ਔਫ ਕੀਤੀ ਸੀ ਆਪਣੇ ਰਿਸਰਚ ਵਰਕ ਅਤੇ ਸਾਰੀ ਚੀਜ਼ਾਂ ਬਾਰੇ। ਅਤੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕੀ ਫੀਚਰਸ ਸਾਨੂੰ ਇਸ ਕਾਰ ਦੇ ਵਿੱਚ ਮਿਲਦੇ ਸੀਗੇ। 2008 ਮਾਡਲ ਹੈ ਮੰਟੈਰੋ। ਸਟਾਰਟ ਕਰਦੇ ਹਾਂ ਲਾਈਟਸ ਤੋਂ। ਅਤੇ ਲਾਈਟਸ ਦੇ ਵਿੱਚ ਸਾਨੂੰ ਪ੍ਰੋਜੈਕਟਰਸ ਮਿਲ ਜਾਂਦੇ ਆ, ਇਹਦੀ ਵਾਈਟ ਲਾਈਟਸ ਹੈ, ਐਂਡ ਨਾਲ ਸਾਨੂੰ ਬਲਬਸ ਐਂਡ ਪਾਰਕਿੰਗ ਲਾਈਟਸ ਮਿਲ ਜਾਂਦੀ ਹੈ। ਐਂਡ ਇੱਧਰ ਸਾਨੂੰ ਮਿਲਦੇ ਆ ਐੱਲ ਈ ਡੀ ਲਾਈਟਸ ਜਿਹੜੀਆਂ ਕਿ ਵਾਈਟ ਕਲਰ ਦੀਆਂ ਹੀ ਹੈ, ਅਤੇ ਇਹਨਾਂ ਦਾ ਥਰੋ ਬਹੁਤ ਹੀ ਜ਼ਿਆਦਾ ਹੈ। ਕਾਰ ਜਿਵੇਂ ਮੈਸਿਵ ਹੈ ਅਤੇ ਇਹਨਾਂ ਨੇ ਪ੍ਰੋਜੈਕਟਰਸ ਵੀ ਪੂਰੇ ਅੱਛੀ ਕੁਆਲਿਟੀ ਦੇ ਰੱਖੇ ਹੈ। ਇੱਧਰ ਗੱਲ ਕਰੀਏ ਤਾਂ ਸਾਨੂੰ ਬਹੁਤ ਹੀ ਅੱਛੀ ਗ੍ਰਿਲ ਮਿਲਦੀ ਹੈ ਜਿਹੜੀ ਕਿ ਕਰੋਮ ਦੇ ਵਿੱਚ ਆਉਂਦੀ ਹੈ। ਐਂਡ ਇੱਧਰ ਮਿਸਟਰ ਬੁਸ਼ੀ ਦਾ ਲੋਗੋ ਮਿਲਦਾ ਜਿਹੜਾ ਕਿ ਹੁਣ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਮਿਸਟਰ ਬੁਸ਼ੀ ਕਦੋਂ ਦੀ ਬੰਦ ਹੋ ਚੁੱਕੀ ਹੈ। ਇਹਨਾਂ ਦੀ ਦੇਖੀਏ ਤਾਂ ਆਪਾਂ 4-5 ਕਾਰਸ ਹੀ ਆਈਆਂ ਸੀ। ਇੱਕ ਮਿਸਟਰ ਬੁਸ਼ੀ ਦੀ ਮੰਟੈਰੋ ਆਈ ਸੀ, ਪਜੈਰੋ ਆਊਟਲੈਂਡਰ ਅਤੇ ਇੱਕ ਲੈਂਸਰ ਆਈ ਸੀ। ਸਾਰੀਆਂ ਗੱਡੀਆਂ ਅੱਛੀਆਂ, ਬਟ ਯਾਰ ਇਹ ਦਾ ਵਨ ਆਫ ਦਾ ਬੈਸਟ ਕਾਰ ਹੈ ਫੀਚਰ ਵਾਈਜ਼ ਵੀ। ਗਰਾਊਂਡ ਕਲੀਅਰੈਂਸ ਦੀ ਗੱਲ ਕਰੀਏ ਤਾਂ ਕਾਰ ਬਹੁਤ ਹੀ ਦੇਖਣ ਨੂੰ ਵੀ ਉੱਚੀ ਲੱਗਦੀ ਹੈ, ਅਤੇ 235 mm ਦੀ ਸਾਨੂੰ ਗਰਾਊਂਡ ਕਲੀਅਰੈਂਸ ਇਸ ਕਾਰ ਦੇ ਵਿੱਚ ਮਿਲਦੀ ਹੈ, ਜਿਹੜੀ ਕਿ ਮਤਲਬ ਥੱਲੇ ਤਾਂ ਲੱਗ ਹੀ ਨਹੀਂ ਸਕਦੀ। ਗੱਡੀ ਬਹੁਤ ਹੀ ਉੱਚੀ ਹੈ, ਆਫ ਰੋਡਿੰਗ ਪਰਪਸ ਲਈ ਬੈਸਟ ਕਾਰ ਮੰਨੀ ਜਾਂਦੀ ਹੈ। ਆਓ ਹੁਣ ਆਪਾਂ ਸਾਈਡ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਟਾਇਰਸ ਦਾ ਸਾਨੂੰ 17 inches ਅਲੋਏ ਮਿਲਦੇ ਆ, ਜਿਹੜਾ ਕਿ ਤੁਸੀਂ ਕੱਟ ਵੀ ਦੇਖ ਸਕਦੇ ਹੋ, ਬਹੁਤ ਹੀ ਅੱਛਾ ਕੱਟ ਹੈ ਜਿਹੜਾ ਕਿ ਕਾਰ ਨੂੰ ਬਹੁਤ ਹੀ ਵਧੀਆ ਲੁੱਕ ਦਿੰਦਾ ਹੈ। ਅਤੇ 265 ਦੀ ਇਹਦੀ ਪ੍ਰੋਫਾਈਲ ਹੈ ਟਾਇਰਸ ਦੀ। ਐਂਡ ਗੱਲ ਕਰੀਏ ਕਿ ਜਿਵੇਂ ਕਾਰ ਬਹੁਤ ਉੱਚੀ ਹੈ, ਮੈਂ ਕਿਹਾ ਸਾਨੂੰ ਫੁੱਟ ਰੈਸਟ ਵੀ ਮਿਲ ਜਾਂਦਾ ਜਿਹਦੇ ਨਾਲ ਸਾਨੂੰ ਕਲਾਈਮ ਕਰਨ 'ਚ ਬਹੁਤ ਹੀ ਆਸਾਨੀ ਹੋ ਜਾਂਦੀ ਹੈ। ਐਂਡ ਇੱਧਰ ਸਾਨੂੰ ਆਟੋਮੈਟਿਕਲੀ ਸਾਈਡ ਮਿਰਰਸ ਮਿਲ ਜਾਂਦੇ ਆ, ਐਂਡ ਇੱਧਰ ਸਾਨੂੰ ਇੰਡੀਕੇਟਰਸ ਦੀ ਲਾਈਟ ਮਿਲ ਜਾਂਦੀ ਹੈ। ਗੱਲ ਕਰੀਏ ਤਾਂ ਰੇਨ ਗਾਰਡਸ ਮਿਲਦੇ ਸਾਨੂੰ, ਇੱਧਰ ਆਪਸ਼ਨ ਮਿਲਦੀ ਹੈ ਵੀ ਮਿਸਟਰ ਬੁਸ਼ੀ ਦੇ ਓਰਿਜਨਲ ਰੇਨ ਗਾਰਡਸ ਹੀ ਹੈ ਜਿਹੜੀ ਕਿ ਮਿਸਟਰ ਬੁਸ਼ੀ ਹੀ ਔਫਰ ਕਰਦੀ ਸੀ ਉਸ ਟਾਈਮ 'ਚ ਵੀ। ਅਤੇ ਡੋਰ ਦੀ ਗੱਲ ਕਰੀਏ ਤਾਂ ਬਹੁਤ ਹੀ ਹੈਵੀ ਡੋਰ ਹੈ, ਮਤਲਬ ਖੋਲ੍ਹਣ 'ਚ ਵੀ ਫੀਲ ਆਉਂਦਾ ਕਿ ਕੋਈ ਧੱਕੜ ਗੱਡੀ 'ਚ ਬੈਠਣ ਲੱਗਿਆ ਆਪਾਂ, ਅਤੇ ਮਤਲਬ ਖੜਕਾ ਰੜਕਾ ਵੀ ਪੂਰਾ ਗੱਡੀ 'ਚ। ਐਂਡ ਇੱਧਰ ਗੱਲ ਕਰੀਏ ਤਾਂ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਹਲੇ ਆਪਾਂ ਇੰਟੀਰੀਅਰ ਦਾ ਵੀ ਰਿਵਿਊ ਦੇਵਾਂਗੇ। ਐਂਡ ਗੱਲ ਕਰੀਏ ਤਾਂ ਇਹ ਵਾਲਾ ਮਿਰਰ ਕਈ ਕਾਰ 'ਚ ਓਪਨ ਨਹੀਂ ਹੁੰਦਾ, ਬਟ ਇਸ ਕਾਰ 'ਚ ਇਹ ਵਾਲਾ ਮਿਰਰ ਵੀ ਓਪਨ ਹੋ ਜਾਂਦਾ। ਐਂਡ ਇੱਧਰ ਸਾਨੂੰ ਡੀਫੋਗਰਸ ਵੀ ਦਿੱਤੇ ਹੋਏ ਆ ਕਿ ਵਿੰਟਰ ਸੀਜ਼ਨ 'ਚ ਇਹ ਕਾਰ ਮਤਲਬ ਸਾਰੀ ਵਿਜ਼ੀਬਿਲਟੀ ਰਹੇ, ਸੋ ਇਸ ਕਾਰ 'ਚ ਸਾਨੂੰ ਡੀਫੋਗਰਸ ਵੀ ਮਿਲਦੇ ਆ। ਸੋ ਹੁਣ ਬੂਟ ਸਪੇਸ ਦੀ ਗੱਲ ਕਰੀਏ ਤਾਂ ਇੱਧਰ ਸਾਨੂੰ ਬਟਨ ਦਿੱਤਾ ਗਿਆ, ਆਪਾਂ ਇਹਨੂੰ ਡੋਰ ਦੀ ਮਤਲਬ ਇਹ ਕਾਰ ਹੈਵੀ ਹੈ ਅਤੇ ਸਾਰਾ ਕੁਝ ਇਹਦੀ ਡਿੱਕੀ ਵੀ ਪੂਰੀ ਹੈਵੀ ਹੈ, ਇਹਨੂੰ ਖੋਲ੍ਹਣਾ ਹੀ ਬਹੁਤ ਇੱਕ ਮੇਨ ਟਾਸਕ ਹੈ, ਬਹੁਤ ਹੀ ਹੈਵੀ ਹੈ। ਐਂਡ ਇੱਧਰ ਸਾਨੂੰ ਸਪੀਕਰਸ, ਦੋ ਸਪੀਕਰਸ ਮਿਲਦੇ ਆ ਜਿਹੜੇ ਕਿ ਰੌਕਫੋਰਡ ਕੰਪਨੀ ਦੇ ਆ। ਐਂਡ ਇੱਧਰ ਸਾਨੂੰ ਰੌਕਫੋਰਡ ਕੰਪਨੀ ਦਾ ਇੰਡ ਬਿਲਟ ਸਬ ਵੂਫਰ ਮਿਲ ਜਾਂਦਾ, ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਸਬ ਵੂਫਰ ਮਿਲਦਾ। ਐਂਡ ਹੁਣ ਇੱਕ ਰਾਜ ਦੀ ਗੱਲ ਦੱਸੀਏ, ਤੁਸੀਂ ਕਹੋਗੇ ਕਿ ਜਿਹੜੀ ਇਹਦੀ ਲਾਸਟ ਰੋ ਦੀ ਸੀਟਸ ਹੈ ਉਤਾਰ ਕੇ ਕਈ ਘਰ ਰੱਖ ਦਿੰਦੇ ਆ, ਬਟ ਮਿਸਟਰ ਬੁਸ਼ ਨੇ ਕੀ ਕੀਤਾ ਕਿ ਇਹ ਦੇਖੋ 60 lakh ਦੀ ਗੱਡੀ ਹੈ, ਦਿਮਾਗ ਪੂਰਾ ਲਾਇਆ। ਅਕਸਰ ਇਹ ਕਾਰ ਦੇ ਵਿੱਚ, ਹਰ ਕਾਰ ਦੇ ਵਿੱਚ ਤੇ ਸਪੇਅਰ ਵੀਲਸ ਹੁੰਦਾ, ਬਟ ਇੱਧਰ 7th row ਦੀ ਸੀਟ ਮਿਲ ਜਾਂਦੀ ਹੈ ਜਿਹੜੀ ਕਿ ਇੱਧਰ ਸਪੇਅਰ ਵੀਲ ਹੁੰਦਾ, ਬਟ ਇੱਧਰ ਸੀਟਸ ਮਿਸਟਰ ਬੁਸ਼ੀ ਨੇ ਔਫਰ ਕੀਤੀਆਂ ਹੋਈਆਂ, ਜਿਹੜਾ ਕਿ ਬਹੁਤ ਹੀ ਇੰਟੈਲੀਜੈਂਟ ਮਾਈਂਡ ਇਹਨਾਂ ਨੇ ਲਾਇਆ ਕਿ ਜਦੋਂ ਤੁਹਾਨੂੰ ਬੂਟ ਸਪੇਸ ਜ਼ਿਆਦਾ ਚਾਹੀਦੀ ਹੈ ਤੁਸੀਂ ਇਹਨੂੰ ਅੰਦਰ ਪਾ ਕੇ ਆਪਣਾ ਬੂਟ ਸਪੇਸ ਨੂੰ 500 liter ਦੀ ਬਣਾ ਸਕਦੇ ਆ। ਐਂਡ ਇਹਨੂੰ ਆਪਾਂ ਓਪਨ ਕਰ ਸਕਦੇ ਹਾਂ, ਇੱਧਰੋਂ ਇਹ ਬਟਨ ਦਿੱਤੇ ਗਏ ਆ, ਕਰਕੇ ਬਾਅਦ 'ਚੋਂ ਦਿਖਾਵਾਂਗੇ। ਐਂਡ ਇਹਨੂੰ ਬੰਦ ਕਰਨਾ ਅਤੇ ਇਹ ਬੰਦ ਕਰਕੇ ਐਂਡ ਪੂਰੀ ਕਾਰ ਕਵਰ ਹੋ ਗਈ। ਹੁਣ ਇਹਦੀ ਬੂਟ ਸਪੇਸ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਜ਼ਿਆਦਾ ਹੈ, ਕਾਰ ਵੱਡੀ ਹੈ। ਐਂਡ ਇੱਧਰ ਸਾਨੂੰ ਮਿਲ ਜਾਂਦਾ ਧੁੱਪ ਤੋਂ ਬਚਣ ਲਈ, ਸਾਰਾ ਕੁਝ ਲੱਗਿਆ ਹੋਇਆ ਗੱਡੀ। ਸੋ ਕਾਰਸ ਦੀ ਲਾਈਟ ਵੀ ਬਹੁਤ ਯੂਨੀਕ ਹੈ, ਛੋਟੀਆਂ ਲਾਈਟਸ ਹੈ, ਬਟ ਇਹ ਸਾਰੀਆਂ ਮਲਟੀ ਕਲਰਸ ਹੈਗੀਆਂ। ਇਹ ਔਰੇਂਜ ਚੱਲਦੀ ਹੈ, ਇਹ ਰੈੱਡ ਚੱਲਦੀ ਹੈ, ਐਂਡ ਇਹ ਜਿਹੜੀ ਬ੍ਰੇਕਿੰਗ ਲਾਈਟਸ ਹੈਗੀਆਂ। ਗੱਲ ਕਰੀਏ ਤਾਂ ਫਿਊਲ ਟੈਂਕ 88 liters ਦਾ ਫੁੱਲ ਫਿਊਲ ਕਪੈਸਿਟੀ ਇਸ ਕਾਰ ਦੇ ਵਿੱਚ। ਐਂਡ ਗੱਲ ਕਰੀਏ ਟਾਇਰਸ ਦੀ, ਆਪਾਂ ਗੱਲ ਹੋ ਚੁੱਕੀ ਹੈ। ਐਂਡ ਤੁਸੀਂ ਇੱਕ ਵਾਰੀ ਸਾਰੀ ਯਾਰ ਲੁੱਕ ਦੇਖੋ ਕਿੰਨੀ ਮੈਸਿਵ ਲੁੱਕ ਹੈ, ਮਿਸਟਰ ਬੁਸ਼ੀ ਦਾ ਇੱਥੇ ਲੋਗੋ ਲੱਗਿਆ ਹੋਇਆ ਟਾਇਰ ਦੇ ਵਿੱਚ, ਪੂਰੇ ਓਰਿਜਨਲ ਕਾਰ ਪਈ ਹੈ। ਸੋ ਗੱਲ ਕਰੀਏ ਕਾਰ ਦੇ ਇੰਟੀਰੀਅਰ ਦੇ ਬਾਰੇ ਤਾਂ ਬਹੁਤ ਹੀ ਅੱਛਾ, ਉਸ ਟਾਈਮ 'ਚ ਵੀ ਬਹੁਤ ਹੀ ਇਹਨਾਂ ਨੇ ਅੱਛਾ ਇੰਟੀਰੀਅਰ ਦਿੱਤਾ ਸੀਗਾ। ਇੱਧਰ ਸਾਨੂੰ ਸਟੀਅਰਿੰਗ ਵੀਲ ਦੇ ਮਿਸਟਰ ਬੁਸ਼ੀ ਦੀ ਲੋਗੋ ਮਿਲ ਜਾਂਦੀ ਹੈ, SRS ਦੇ ਏਅਰਬੈਗਸ ਮਿਲ ਜਾਂਦੇ, ਐਂਡ ਇੱਧਰ ਬੇਸਿਕ ਕਰੂਜ਼ ਕੰਟਰੋਲ ਦੇ ਆਪਸ਼ਨ ਮਿਲ ਜਾਂਦੇ ਆ। ਇੰਸਟਰੂਮੈਂਟਲ ਕਲੱਸਟਰ ਵੀ ਬਹੁਤ ਅੱਛਾ, 220 ਤੱਕ ਸਪੀਡ ਜਾਂਦੀ ਹੈ। ਐਂਡ ਇੱਧਰ ਸਾਨੂੰ ਸੈਂਟਰ ਦੇ ਵਿੱਚ
4x4 ਵੀਲਸ ਕਿੰਨੇ ਐਕਟੀਵੇਟ ਨੇ ਉਹਦੀ ਇੰਡੀਕੇਸ਼ਨ ਮਿਲਦੀ ਹੈ, ਡੋਰ ਇੰਡੀਕੇਸ਼ਨ ਵੀ ਮਿਲਦੀ ਹੈ। ਤੇ ਇਧਰ ਸਾਨੂੰ ਰੌਕਫੋਰਡ ਦਾ ਮਿਊਜ਼ਿਕ ਸਿਸਟਮ ਮਿਲਦਾ ਹੈ, ਜਿਹੜਾ ਕਿ ਰੌਕਫੋਰਡ ਬੈਸਟ ਆਫ ਦ ਬੈਸਟ ਸਪੀਕਰਸ ਬਣਾਉਂਦਾ ਹੈ। ਐਂਡ ਇਧਰ ਸਾਨੂੰ ਮਿਸਟਬੂਸ਼ੀ ਦੇ ਏਸੀ ਮਿਲਦਾ ਹੈ, ਜਿਹੜਾ ਕਿ ਯਾਰ ਮਿਸਟਬੂਸ਼ੀ ਆਪ ਹੀ ਮੈਨੂਫੈਕਚਰ ਕਰਦਾ, ਸੋ ਏਸੀ ਦਾ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ। ਇਧਰ 5-speed ਮੈਨੂਅਲ ਗੇਅਰਬਾਕਸ ਮਿਲਦਾ ਹੈ, ਜਿਹੜਾ ਕਿ ਨਾਲ 4x4 ਦੀ ਵੀ ਸਾਰੀਆਂ ਆਪਸ਼ਨਸ ਹੈਗੀਆਂ, 2 high 4 high ਐਂਡ 4 high low 4 low। ਐਂਡ ਇੱਧਰ ਸਾਨੂੰ ਵੈਂਟੀਲੇਟਿਡ ਸੀਟਸ ਦੀਆਂ ਵੀ ਆਪਸ਼ਨ, ਇੱਧਰ ਸਾਨੂੰ ਬਟਨਸ ਮਿਲ ਜਾਂਦੇ ਆ, ਤਾਂ ਇੱਧਰ 2 cup holders ਮਿਲਦੇ ਆ। ਐਂਡ ਇੱਧਰ ਸਾਨੂੰ ਆਮਰੈਸ਼ ਮਿਲ ਜਾਂਦੀ ਹੈ, ਜਿਹਦੇ 'ਚ ਆਪਾਂ ਚੀਜ਼ਾਂ ਸਟੋਰ ਕਰ ਸਕਦੇ ਹਾਂ। ਅਤੇ ਸੀਟਸ ਦੀ ਕੁਆਲਿਟੀ ਵੀ ਬਹੁਤ ਅੱਛੀ ਹੈ, ਅੱਛੀ ਪੂਰੀ ਫੁੱਲ ਸਾਈਜ਼ ਸੀਟਸ ਹੈ, ਅੰਡਰ ਸਪੋਰਟ ਵੀ ਇਹਦੀ ਬਹੁਤ ਹੀ ਅੱਛੀ ਹੈ। ਗਲਾਫ ਬਾਕਸ ਦੀ ਗੱਲ ਕਰੀਏ ਤਾਂ ਡੀਸੈਂਟ ਅਮਾਊਂਟ ਦੀ ਸਪੇਸ ਮਿਲ ਜਾਂਦੀ ਹੈ। ਸੋ ਹੁਣ ਆਪਾਂ ਬੈਠੇ ਹਾਂ ਕਾਰ ਦੀ ਸੈਕਿੰਡ ਰੋ ਦੇ ਵਿੱਚ, ਤਾਂ ਬਹੁਤ ਹੀ ਵਧੀਆ ਲੈਕਸਸ ਮਿਲਦਾ। ਲਾਈਕ ਮੇਰੀ ਹਾਈਟ 6 ਦੇ ਨੀਅਰ ਬਾਈ ਹੀ ਹੈ, ਅਤੇ ਬਹੁਤ ਹੀ ਕੰਫਰਟੇਬਲੀ ਮੈਂ ਬੈਠਾ। ਹੈਡ ਇੱਧਰ ਵੀ ਗੱਲ ਕਰੀਏ ਤਾਂ ਉੱਪਰ ਹਾਈਟ ਵੀ ਇਹਦੀ ਕਾਫੀ ਅੱਛੀ ਹੈ ਕਿ ਕੋਈ ਮੈਨੂੰ ਡਿਫੀਕਲਟੀ ਨਹੀਂ ਹੋ ਰਹੀ। ਇੱਧਰ ਗੱਲ ਕਰੀਏ ਤਾਂ ਜੇ ਆਪਾਂ ਪਿੱਛੇ 2 ਜਣੇ ਟਰੈਵਲ ਕਰ ਰਹੇ ਹਾਂ ਤਾਂ ਆਪਾਂ ਇੱਧਰ ਆਮਰੈਸਟ ਖੋਲ ਸਕਦੇ ਹਾਂ। ਐਂਡ ਇੱਧਰ ਸਾਨੂੰ ਕੱਪ ਹੋਲਡਰਸ ਵੀ ਮਿਲ ਜਾਂਦੇ ਆ। ਐਂਡ ਇੱਧਰ ਆਪਾਂ ਗੱਲ ਕਰੀਏ ਤਾਂ ਸਾਨੂੰ ਪਿੱਛੇ ਕੰਟਰੋਲ ਕਰਨ ਦੇ ਵੀ, ਏਸੀ ਕੰਟਰੋਲ ਕਰਨ ਦੇ ਵੀ ਬਟਨ ਮਿਲਦੇ ਆ, ਜਿਹਦੇ ਨਾਲ ਜੇ ਪਿੱਛੇ ਕੋਈ ਬੰਦਾ ਬੈਠਾ ਉਹ ਚਾਹੁੰਦਾ ਸਲੋ ਏਸੀ ਚਲਾਉਣਾ, ਸੋ ਆਟੋਮੈਟਿਕਲੀ ਉਹ ਕੰਟਰੋਲ ਕਰ ਸਕਦਾ। ਐਂਡ ਇੱਧਰ ਸਾਨੂੰ ਕਾਰ ਵੱਲੋਂ ਟਵਿੱਟਰਸ ਮਿਲਦੇ ਆ, ਜਿਹੜੇ ਕਿ ਇਨਬਿਲਟ ਹੀ ਇਹ ਕਾਰ ਦੇ ਵਿੱਚ ਆਉਂਦੇ ਆ। ਐਂਡ ਇੱਧਰੋਂ ਆਪਾਂ ਇਹਨੂੰ ਸਨਸ਼ੇਡ ਵੀ ਇਸ ਕਾਰ ਦੇ ਵਿੱਚ ਸਾਨੂੰ ਮਿਲ ਜਾਂਦੀ ਹੈ, ਜਿਹੜੀ ਕਿ ਬਹੁਤ ਹੀ ਮਤਲਬ ਯੂਜ਼ ਆ ਹੀ ਜਾਂਦੀ ਕਦੀ ਕਦੀ। ਐਂਡ ਬਾਕੀ ਸਾਰਾ ਕੁਝ ਤੇ ਬੇਸਿਕ ਹੀ ਹੈਗਾ। ਐਂਡ ਇੱਧਰ ਸਾਨੂੰ ਗ੍ਰੈਬ ਕਰਨ ਲਈ ਸਾਰਾ ਕੁਝ ਮਿਲ ਜਾਂਦਾ। ਸੋ ਐਂਡ ਇਹ ਇੱਧਰ ਸਾਨੂੰ ਮਿਲ ਜਾਂਦੀ ਹੈ ਸਟੋਰੇਜ ਸਪੇਸ, ਜਿਹਦਾ ਕਿ ਆਪਾਂ ਕੁਝ ਵਗੈਰਾ ਰੱਖ ਸਕਦੇ ਹਾਂ। ਯਾਰ ਇਹ ਚੀਜ਼ਾਂ ਸਾਰੀਆਂ ਬੇਸਿਕ ਹੀ ਨੇ, ਬਸ ਮੇਨ ਇਹ ਚੀਜ਼ ਹੈ ਕਿ ਸਾਨੂੰ ਲੈਗ ਸਪੇਸ ਕਿੰਨੀ ਆਫਰ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਰਾਮ ਨਾਲ 6-3 ਦਾ ਬੰਦਾ ਵੀ, ਗ੍ਰੇਟ ਖਲੀਅਰ ਦਾ ਬੰਦਾ ਵੀ ਆਰਾਮ ਨਾਲ ਇੱਥੇ ਬਹਿ ਸਕਦਾ। ਸੋ ਇਹ ਕਾਰ ਦੇ ਵਿੱਚ ਯਾਰ ਹੂਟਰ ਦਾ ਸਿਸਟਮ ਵੀ ਲੱਗਿਆ, ਤੁਸੀਂ ਦੇਖ ਸਕਦੇ ਹੋ ਇੱਧਰੋਂ ਆਪਾਂ ਹੂਟਰ ਦਾ ਪੂਰਾ ਸਿਸਟਮ ਇਸ ਕਾਰ ਦੇ ਵਿੱਚ ਲੱਗਿਆ, ਤਾਂ ਆਪਾਂ ਨੂੰ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਹੂਟਰ, ਤੁਸੀਂ ਉੱਧਰ ਜਾਓ। ਅਤੇ ਬਹੁਤ ਹੀ ਲਾਊਡ ਸਾਊਂਡ ਹੈ। ਸੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਮੰਟੈਰੋ ਕਾਰ? ਹੋਰ ਵੀ ਕਾਰ ਦੇ ਰਿਵਿਊਜ਼ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਦ ਡ੍ਰੀਮ ਗੈਰੇਜ, ਐਂਡ ਹੋਰ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ ਦੇ ਵਿੱਚ ਆਉਂਦੀਆਂ ਰਹਿਣਗੀਆਂ। ਥੈਂਕਸ ਫੋਰ ਵਾਚਿੰਗ।